ਪਿਤਾ ਜੀ ਹਾਂ ਜੀ ਮੈਂ ਪਟਿਆਲੇ ਵੱਲੋਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਕੋਰੋਨਾ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਟਿਆਲੇ ਦੇ ਵਿੱਚ ਖੂਨਦਾਨ ਕੀਤਾ ਜਿਸ ਤਰੀਕੇ ਦੇ ਨਾਲ ਪਟਿਆਲੇ ਦੇ ਜਿਹੜੇ ਸਾਡੇ ਕੋਰੋਨਾ ਦੇ ਹਸਪੀਟਲ ਸੀ ਸਾਡੇ ਸਰਕਾਰੀ ਹਸਪੀਟਲ ਜਿੰਦਰਾ ਹਸਪੀਟਲ ਤੋਂ ਲੈ ਕੇ ਸਫਾਈ ਦਾ ਕੰਮ ਕੀਤਾ ਅਸੀਂ ਸਾਰੇ ਬਹੁਤ ਧੰਨਵਾਦੀ ਹਾਂ ਰਿਣੀ ਹਾਂ ਆਪ ਜੀ ਦੇ ਜਿਸ ਤਰੀਕੇ ਦੇ ਨਾਲ ਆਪ ਜੀ ਦਾ ਆਸ਼ੀਰਵਾਦ ਸੰਗਤ ਦਾ ਸਹਿਯੋਗ ਰਿਹਾ ਮੈਂ ਪਟਿਆਲਾ ਨਗਰ ਨਿਗਮ ਵੱਲੋਂ ਸਮੂਹ ਪਟਿਆਲਵੀਆ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਅਸੀਂ ਹਮੇਸ਼ਾ ਰਿਣੀ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਜੋ ਤੁਸੀਂ ਹੁਕਮ ਲਾਓਗੇ ਅਸੀਂ ਆਪ ਜੀ ਦੇ ਨਾਲ ਸੰਗਤ ਦੇ ਨਾਲ ਮਿਲ ਕੇ ਚਾਹੇ ਉਹ ਨਸ਼ੇ ਦੇ ਖਿਲਾਫ ਹੈ ਚਾਹੇ ਕੋਈ ਸਾਡੇ ਵਾਤਾਵਰਨ ਦੇ ਲਈ ਕੰਮ ਹੈ ਅਸੀਂ ਹਮੇਸ਼ਾ ਹਾਜ਼ਰ ਰਵਾਂਗੇ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਆਨਲਾਈਨ ਸਤਸੰਗ ਦੀਆਂ ਨੇ ਜਿੱਥੇ ਯੂਟਿਊਬ ਰਾਹੀਂ ਪਟਿਆਲਾ ਵਿਖੇ ਵੱਡੀ ਗਿਣਤੀ ਦੇ ਵਿੱਚ ਡੇਰਾ ਪੈਰੋਕਾਰਾਂ ਨੇ ਸ਼ਿਰਕਤ ਕੀਤੀ ਹੋਰ ਤਾਂ ਹੋਰ ਪਟਿਆਲਾ ਦੇ ਮੌਜੂਦਾ ਮੇਅਰ ਵੱਖ ਵੱਖ ਸ਼ਹਿਰਾਂ ਦੇ MC ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਪੁੱਜੇ ਅਤੇ ਉਹਨਾਂ ਨੇ ਹੱਥ ਜੋੜ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਗੱਲਬਾਤ ਕੀਤੀ ਹੈ ਪਿਤਾ ਜੀ ਦਾਨ ਦਾਨ ਸਤਿਗੁਰੂ ਤੇਰਾ ਹੀ ਆਸਰਾ ਹਾਂਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਪਟਿਆਲੇ ਦੇ ਵਿੱਚ ਖੂਨਦਾਨ ਕੀਤਾ ਜਿਸ ਤਰੀਕੇ ਦੇ ਨਾਲ ਪਟਿਆਲੇ ਦੇ ਜਿਹੜੇ ਸਾਡੇ ਕੋਰੋਨਾ ਦੇ ਹਸਪੀਟਲ ਸੀ ਸਾਡੇ ਸਰਕਾਰੀ ਹਸਪੀਟਲ ਜਿੰਦਰਾ ਹਸਪੀਟਲ ਤੋਂ ਲੈ ਕੇ ਸਫਾਈ ਦਾ ਕੰਮ ਕੀਤਾ ਅਸੀਂ ਸਾਰੇ ਬਹੁਤ ਧੰਨਵਾਦੀ ਹਾਂ ਰਿਣੀ ਹਾਂ ਆਪ ਜੀ ਦੇ ਆਪ ਦੀ ਸਾਰੀ ਸੰਗਤ ਦੇ ਸਨਮੁਖ ਅਸੀਂ ਸੀਸ ਝੁਕਾਉਂਦੇ ਹਾਂ ਤੇ ਅਸੀਂ ਆਸ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਉਸ ਔਖੇ ਸਮੇਂ ਦੇ ਵਿੱਚ ਜਦੋਂ ਇਸ ਧਰਤੀ ਦੇ ਉੱਪਰ ਬਹੁਤ ਵੱਡਾ ਸੰਕਟ ਸੀ ਜਿਸ ਤਰੀਕੇ ਦੇ ਨਾਲ ਆਪ ਜੀ ਦਾ ਆਸ਼ੀਰਵਾਦ ਸੰਗਤ ਦਾ ਸਹਿਯੋਗ ਰਿਹਾ ਮੈਂ ਪਟਿਆਲਾ ਨਗਰ ਨਿਗਮ ਵੱਲੋਂ ਸਮੂਹ ਪਟਿਆਲਵੀਆਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਅਸੀਂ ਹਮੇਸ਼ਾ ਰਿਣੀ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵੀ ਜੋ ਤੁਸੀਂ ਹੁਕਮ ਲਾਓਗੇ ਅਸੀਂ ਆਪ ਜੀ ਦੇ ਨਾਲ ਸੰਗਤ ਦੇ ਨਾਲ ਮਿਲ ਕੇ ਚਾਹੇ ਉਹ ਨਸ਼ੇ ਦੇ ਖਿਲਾਫ ਹੈ ਚਾਹੇ ਕੋਈ ਸਾਡੇ ਵਾਤਾਵਰਨ ਦੇ ਲਈ ਕੰਮ ਹੈ ਅਸੀਂ ਹਮੇਸ਼ਾ ਹਾਜ਼ਰ ਰਵਾਂਗੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸ ਜੀ ਮੇਅਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ ਔਰ ਸਾਡੇ ਬੱਚਿਆਂ ਨੇ ਜੋ ਕੰਮ ਕੀਤਾ ਹੈ ਉਹਨਾਂ ਨੂੰ ਵੀ ਬਹੁਤ ਬਹੁਤ ਆਸ਼ੀਰਵਾਦ ਔਰ ਇਹਨਾਂ ਨੂੰ ਸਿਖਾਇਆ ਹੀ ਮਾਨਵਤਾ ਇਨਸਾਨੀਅਤ ਹੈ ਸੋ ਜਿੱਦਾਂ ਤੁਸੀਂ ਕਿਹਾ ਨਸ਼ੇ ਦਾ ਵਾਕਈ ਹੁਣ ਬਹੁਤ ਜ਼ਰੂਰਤ ਹੈ ਕਿ ਅਸੀਂ ਆਪਣੇ ਉਹਨਾਂ ਬੱਚਿਆਂ ਨੂੰ ਨੌਜਵਾਨ ਬੱਚੇ ਛੋਟੇ ਛੋਟੇ ਬੱਚੇ ਜੋ ਸਾਡੀ ਪੌਦ ਹੈ ਜੋ ਨਸ਼ੇ ਨਾਲ ਕੁੰਮਲਾ ਰਹੇ ਹਨ ਆਪਾਂ ਸਾਰੇ ਮਿਲ ਕੇ ਚੱਲਾਂਗੇ ਤੁਸੀਂ ਤਾਂ ਜ਼ਿੰਮੇਵਾਰ ਹੋ ਸਾਰੇ ਨਾਲ ਲੱਗੋਗੇ ਸਾਰੀ ਸਾਧ ਸੰਗਤ ਤੁਹਾਡੇ ਨਾਲ ਹੈ ਹਰ ਅੱਛੇ ਕੰਮ ਦੇ ਵਿੱਚ ਤੁਹਾਡਾ 100% ਸਾਥ ਦੇਣਾ ਹੀ ਦੇਣਾ ਹੈ ਸੋ ਸਾਰਿਆਂ ਨੂੰ ਆਸ਼ੀਰਵਾਦ ਪਰਮਾਤਮਾ ਖੁਸ਼ੀਆਂ ਦੇਵੇ ਜਿਨ੍ਹਾਂ ਨੇ ਉਸ ਸਮੇਂ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੰਨੀ ਸੇਵਾ ਕੀਤੀ ਹੈ ਉਹਨਾਂ ਬੱਚਿਆਂ ਨੂੰ ਵੀ ਬਹੁਤ ਆਸ਼ੀਰਵਾਦ ਔਰ ਤੁਹਾਡੇ ਵਰਗੇ ਜ਼ਿੰਮੇਵਾਰ ਜੋ ਇਨਸਾਨੀਅਤ ਨੂੰ ਸਮਝਦੇ ਹੈ ਉਹਨਾਂ ਨੂੰ ਵੀ ਬਹੁਤ ਆਸ਼ੀਰਵਾਦ ਪਰਮਾਤਮਾ ਖੁਸ਼ੀਆਂ ਦੇਵੇ ਵਾਹਿਗੁਰੂ ਰਾਮ ਖੁਸ਼ੀਆਂ ਨਾਲ ਝੋਲੀਆਂ ਭਰੇ ਆਸ਼ੀਰਵਾਦ ਇੱਥੇ ਦੱਸਣਾ ਬਣਦਾ ਹੈ ਕਿ ਮੇਅਰ ਸੰਜੀਵ ਬਿੱਟੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਿੱਚੋਂ ਇੱਕ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੇਅਰ ਬਿੱਟੂ ਵੀ ਆਪਣੇ ਸਾਥੀ ਕੌਂਸਲਰਾਂ ਸਮੇਤ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ ਅਤੇ ਹੁਣ ਮੇਅਰ ਵੱਲੋਂ ਡੇਰਾ ਸਿਰਸਾ ਦੇ ਸਤਸੰਗ ਵਿੱਚ ਕੀਤੀ ਸ਼ਿਰਕਤ ਨੇ ਸਿਆਸੀ ਗਲੈਰੀਆਂ ਦੇ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਧਰਮਿੰਦਰ ਸੰਧੂ ਖਬਰਾਂ ਦਾ ਸਿਰਾ ਪ੍ਰੋਗਰਾਮ ਜੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਉਸਨੂੰ ਤੁਸੀਂ ਰੋਜ਼ਾਨਾ ਸਵੇਰੇ ਦੇਖਦੇ ਹੋ ਪਰ ਇਸ ਪ੍ਰੋਗਰਾਮ ਦੇ ਵਿੱਚ ਹੁਣ ਥੋੜ੍ਹੀ ਜਿਹੀ ਤਬਦੀਲੀ ਆਈ ਹੈ ਤਬਦੀਲੀ ਸਮੇਂ 'ਚ ਆਈ ਹੈ ਭਾਰਤੀ ਸਮੇਂ ਦੇ ਮੁਤਾਬਕ ਇਹ ਪ੍ਰੋਗਰਾਮ ਹੁਣ ਤੁਸੀਂ ਸਵੇਰੇ 7 ਵਜੇ ਲਾਈਵ ਦੇਖ ਸਕੋਗੇ ਯਾਨੀ ਕਿ ਭਾਰਤੀ ਸਮਾਂ ਜਦੋਂ ਭਾਰਤ ਵਿੱਚ 7 ਵਜਦੇ ਨੇ ਤਾਂ ਉਦੋਂ ਤੁਸੀਂ ਇਹ ਪ੍ਰੋਗਰਾਮ ਦੇਖ ਸਕੋਗੇ 7 ਤੋਂ ਲੈ ਕੇ 8 ਵਜੇ ਤੱਕ ਲਾਈਵ ਪ੍ਰੋਗਰਾਮ ਹੋਵੇਗਾ ਜਿਸ ਤਰ੍ਹਾਂ ਰੋਜ਼ਾਨਾ ਤੁਸੀਂ ਆਪਣੇ ਹਰਮਨ ਪਿਆਰੇ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਖਬਰਾਂ ਦਾ ਸਿਰਾ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਉਸੇ ਤਰ੍ਹਾਂ ਹੀ 7 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਤੁਸੀਂ ਰੋਜ਼ਾਨਾ ਜੁੜਨਾ ਹੈ ਪਹਿਲਾਂ ਇਹ ਪ੍ਰੋਗਰਾਮ 8:30 ਤੋਂ ਲੈ ਕੇ 9:30 ਵਜੇ ਤੱਕ ਭਾਰਤੀ ਸਮੇਂ ਦੇ ਮੁਤਾਬਕ ਪ੍ਰਸਾਰਿਤ ਕੀਤਾ ਜਾਂਦਾ ਸੀ ਲਾਈਵ ਕੀਤਾ ਜਾਂਦਾ ਸੀ ਅਤੇ ਹੁਣ
जिस तरह के नाल बदलाव आते हैं, मौसम के बदलाव आते हैं, उस तरह अमेरिका कैनेडा का टाइम भी बदल जाता है। तो वो मुताबक असी भी थोड़ा जहा बदलाव किया, भारतीय समा बदल दिता गया। भारतीय समय के मुताबक ये प्रोग्राम हुण जो तुहाडा अपना प्रोग्राम है खबरां दा सिरा, जिहदा तुसी हिस्सा हो, परिवार का हिस्सा हो, D5 चैनल पंजाबी दे, वो प्रोग्राम हुण तुसी सवेरे 7 बजे तो लैके 8 बजे तक लाइव देखोगे। ये कॉल भी कर सकते हो, सुझाव दे सकते हो, अपने विचार साढ़े नाल सांझे कर सकते हो, तो अपने गली मुहल्ले हल्के इलाके का कोई भी मुद्दा साढ़े नाल सीधे तौर दे उत्ते सांझा कर सकते हो। तो इस प्रोग्राम दे विच उसे तरह ही गुरनाम सिंह कीदा सीनियर पत्रकार ते सीनियर एडिटर जसपाल सिंह ढिल्लों भी शिरकत करया करनगे टाइम टू टाइम, ते नाल ही मैं भी तुहाडे नाल हाज़र होया करांगा। ते रोज़ाना तुसीं हुण प्रोग्राम देखना है भारतीय समय के मुताबक सवेरे 7 तो लैके 8 बजे तक भारतीय समय मुताबक असी तुहाडे नाल रोज़ाना रूबरू होया करांगे तुहाडे अपने हरमन प्यारे प्रोग्राम खबरां दे सिरे दे विच। होएगी किसानां दी गल, नवी खेती मशीनां, बीजां ते बागां दी गल, लेके चलांगे तुहानूं रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार सवेरे 7:30 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। पुणे सब्सक्राइब करो, बेल आइकन पे क्लिक करो।